ਦੀਆਂ ਘਟਨਾਵਾਂ ਦੇ ਵਿੱਚ ਦਿਨੋਂ ਦਿਨ ਇਜ਼ਾਫਾ ਹੁੰਦਾ ਜਾ ਰਿਹਾ ਹੈ ਤੇ ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਵਿਅਕਤੀ ਨੂੰ ਤਿੰਨ ਬਾਈਕ ਸਵਾਰ ਲੁਟੇਰਿਆਂ ਵੱਲੋਂ ਘੇਰਾ ਪਾਇਆ ਜਾਂਦਾ ਹੈ, ਉਸ ਤੇ ਦਾਤਰਾ ਨਾਲ ਹਮਲਾ ਕੀਤਾ ਜਾਂਦਾ ਹੈ ਤੇ ਉਸ ਤੋਂ ਲੁੱਟ ਖੋਹ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ। ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਵਿਅਕਤੀ ਸੜਕ ਤੇ ਤੁਰਿਆ ਜਾਂਦਾ ਹੈ ਤੇ ਪਿੱਛੋਂ ਬਾਈਕ ਤੇ ਸਵਾਰ ਤਿੰਨ ਲੁਟੇਰੇ ਆਉਂਦੇ ਨੇ ਤੇ ਉਸ ਨੂੰ ਪਿੱਛੋਂ ਫੜ ਲੈਂਦੇ ਨੇ ਤੇ ਉਸ ਤੇ ਦਾਤਰਾ ਨਾਲ ਹਮਲਾ ਕੀਤਾ ਜਾਂਦਾ ਹੈ ਤੇ ਉਸ ਤੋਂ ਮੋਬਾਈਲ ਖੋ ਕੇ ਇਹ ਲੁਟੇਰੇ ਫਰਾਰ ਹੋ ਜਾਂਦੇ ਨੇ। ਦਰਅਸਲ ਇਹ ਵਿਅਕਤੀ ਨਾਈਟ ਡਿਊਟੀ ਕਰਕੇ ਆਪਣੇ ਘਰ ਜਾ ਰਿਹਾ ਸੀ ਤਾਂ ਜਿਸ ਤੋਂ ਬਾਅਦ ਇਸ ਵਿਅਕਤੀ ਤੇ ਇਹਨਾਂ ਲੁਟੇਰਿਆਂ ਵੱਲੋਂ ਹਮਲਾ ਕੀਤਾ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਏਰੀਆ ਬਹੁਤ ਜ਼ਿਆਦਾ ਸੁੰਨਾ ਹੈ ਜਿਸ ਕਾਰਨ ਨਸ਼ੇੜੀ ਇੱਥੇ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਏਰੀਆ ਦੇ ਵਿੱਚ ਨਸ਼ੇੜੀ ਬਹੁਤ ਜ਼ਿਆਦਾ ਨੇ ਤੇ ਆਪਣੀ ਨਸ਼ੇ ਦੀ ਪੂਰਤੀ ਦੇ ਲਈ ਲੋਕਾਂ ਨਾਲ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ। ਇਸ ਤੋਂ ਪਹਿਲਾਂ ਵੀ 25-30 ਵਾਰਦਾਤਾਂ ਇਸ ਇਲਾਕੇ ਦੇ ਵਿੱਚ ਹੋ ਚੁੱਕੀਆਂ ਨੇ। ਇਹ ਲੁੱਟ ਖੋਹ ਦੀ ਘਟਨਾ ਲੁਧਿਆਣਾ ਦੇ ਗੀਤਾ ਨਗਰ ਇਲਾਕੇ ਤੋਂ ਸਾਹਮਣੇ ਆਈ ਹੈ। ਜਦੋਂ ਇਸ ਸੰਬੰਧੀ ਪੀੜਤ ਵਿਅਕਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ ਨਾਈਟ ਡਿਊਟੀ ਕਰਕੇ ਘਰ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਉਸਨੂੰ ਤਿੰਨ ਲੁਟੇਰਿਆਂ ਨੇ ਘੇਰਾ ਪਾਇਆ ਤੇ ਉਸ ਤੇ ਦਾਤਰਾ ਨਾਲ ਹਮਲਾ ਕੀਤਾ ਜਿਸ ਕਾਰਨ ਉਸਦੇ 16 ਦੇ ਕਰੀਬ ਟਾਂਕੇ ਸਿਰ ਦੇ ਵਿੱਚ ਲੱਗੇ ਨੇ। ਫਿਲਹਾਲ ਉਸ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਇਹਨਾਂ ਮੁਲਜ਼ਮਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੱਸਣਾ ਬਣਦਾ ਹੈ ਕਿ ਇਸ ਇਲਾਕੇ ਦੇ ਲੋਕ ਵੀ ਲੁੱਟ ਖੋਹ ਕਰਨ ਵਾਲਿਆਂ ਦੇ ਸਤਾਏ ਹੋਏ ਨੇ ਤੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਕਰ ਰਹੇ ਨੇ ਕਿ ਇਹਨਾਂ ਲੁਟੇਰਿਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਸੌਖਾ ਹੋਵੇ। ਮੈਂ ਨਾਈਟ ਡਿਊਟੀ ਕਰਕੇ ਉਹ ਆਪਣੇ ਘਰ ਜਾ ਰਿਹਾ ਤਾਂ ਸਰ ਉਹ ਸੁਬਹਾ 7:15 ਵਜੇ ਉਹ ਤਬ ਤੱਕ ਮੇਰੇ ਕੋ ਯਹਾਂ ਜੋ ਹੈ ਨਾ ਤਿੰਨ ਬੰਦੇ ਉਹ ਆਏ ਔਰ ਪਿੱਛੇ ਸੇ ਉਹ ਮੇਰੇ ਕੋ ਫੜ ਕਰ ਔਰ ਮੇਰੇ ਜੇਬ ਸੇ ਮੋਬਾਈਲ ਵੀ ਨਿਕਾਲ ਲਿਆ ਔਰ ਉੱਪਰ ਸੇ ਮੇਰੇ ਕੋ ਜੋ ਹੈ ਨਾ ਉਹ ਦਾਂਤ ਸੇ ਵੀ ਉਹ ਦੋ ਤਿੰਨ ਦਾਂਤ ਮੇਰੇ ਜੋ ਹੈ ਉੱਪਰ ਜੋ ਹੈ ਉਹ ਮਾਰ ਵੀ ਦਿਏ ਹੈ ਸਰ। ਇਹ ਤਿੰਨ ਜਣੇ ਬਾਈਕ 'ਤੇ ਸੀਗੇ? ਹਾਂਜੀ ਸਰ ਜੀ, ਉਹ ਬਿਨਾਂ ਪਲੇਟ ਬਿਨਾਂ ਨੰਬਰ ਕੀ ਵੀ ਗਾੜੀ ਥੀ ਉਹਨਾਂ ਕੇ ਪਾਸ ਮੇਂ। ਹਥਿਆਰ ਵਗੈਰਾ ਵੀ ਸੀ ਉਹਨਾਂ? ਹਥਿਆਰ ਉਹ ਬੜਾ ਵਾਲਾ ਲਿਆ ਥੇ, ਉਹ ਦਾਂਤ ਜੋ ਹੈ ਨਾ ਉਸੇ ਮੇਰਾ ਸਿਰ 'ਤੇ ਵੀ ਮਾਰੇ ਹੈ ਔਰ ਨੀਚੇ ਪੈਰ 'ਤੇ ਵੀ ਮਾਰੇ ਹੈ, ਦੋ ਤਿੰਨ ਜਗ੍ਹਾ ਜੋ ਹੈ ਮੇਰਾ ਚੋਟ ਵੀ ਲਗਾਇਆ ਸਰ। ਕੀ ਕਹਿ ਕੀ ਰਹੇ ਸੀ, ਕੀ ਗੱਲਬਾਤ ਹੋਈ ਸੀ ਮੌਕੇ? ਗੱਲ ਵੱਲ ਕੁਛ ਵੀ ਨਹੀਂ ਕਿ ਸਿੱਧਾ ਜੋ ਆਕਰ ਮੇਰੇ ਕੋ ਪਿੱਛੇ ਸੇ ਫੜ ਕਰ ਔਰ ਮੇਰੇ ਜੇਬ ਸੇ ਮੋਬਾਈਲ ਜੋ ਹੈ ਖਿੱਚਣੇ ਸ਼ੁਰੂ ਕਰ ਦੇ, ਮੈਂ ਬਚਾਅ ਕੀਆ ਥੋੜ੍ਹਾ ਸਾ, ਉਸਕੇ ਬਾਅਦ ਮੇਰੇ ਉੱਪਰ ਅਟੈਕ ਕਰ ਦਿਆ ਸਰ। ਇਹ ਕਿਹੜਾ ਏਰੀਆ ਹੈ? ਇਹ ਗੀਤਾ ਨਗਰ ਤੋਂ 4 ਨੰਬਰ ਗਲੀ ਹੈ ਸਰ। ਪਹਿਲੇ ਵੀ ਇਸ ਏਰੀਆ ਜਿਹੋ ਜਿਹੀ ਵਾਰਦਾਤ? ਹਾਂਜੀ ਹਾਂਜੀ, ਮੈਂ ਬਰਾਬਰ ਇਸ ਰਸਤੇ ਸੇ ਜਾਤਾ ਹੂੰ, ਲੇਕਿਨ ਅਭੀ ਇਹ ਕੁਛ ਦਿਨ ਸੇ ਮਤਲਬ ਇਹ ਬਰਾਬਰ ਇਹ ਕਾਂਡ ਕਰ ਰਹੇ ਹੈ, ਇਸਕੇ ਪਹਿਲੇ ਥੋੜ੍ਹਾ ਜੋ ਹੈ ਨਾ ਇਧਰ ਇਹ ਕੰਮ ਹੋ ਰਹਾ ਥਾ, ਪਹਿਲੇ ਨਹੀਂ ਹੋ ਰਹਾ ਥਾ। ਜਦੋਂ ਤੁਸੀਂ ਇਹ ਸਾਰੀ ਵਾਰਦਾਤ ਹੋਈ ਸੀ, ਤੁਸੀਂ ਪੁਲਿਸ ਨੂੰ ਕੰਪਲੇਂਟ ਕੀਤੀ? ਸਰ ਜੀ, ਪੁਲਿਸ ਮੈਂ ਤਾਂ ਮੈਂ ਵੈਸੇ ਅਭੀ ਇਹ ਪਹਿਲੀ ਵਾਰੀ ਇਹ ਮੇਰੇ ਸਾਥ ਮੈਂ ਹੋਇਆ, ਇਸ ਲਈ ਮੈਂ ਕੰਪਲੇਂਟ ਅਭੀ ਕੀਆ ਹੂੰ ਜਾ ਕਰ ਸਰ, ਅਭੀ ਇਸ ਲਈ ਮੈਂ ਯਹੀ ਕਹੂੰਗਾ ਕਿ ਉਨ ਲੋਗੋ ਕੋ ਕਿਸੇ ਤਰ੍ਹਾਂ ਜੋ ਹੈ ਇਸਕਾ ਜੋ ਹੈ ਸਮੱਸਿਆ ਕਾ ਉਹ ਲੋਕ ਸਲੂਸ਼ਨ ਕਰ ਸਕਦੇ ਹਨ। ਪੁਲਿਸ ਕੋ ਬਾਤ ਕੀਤੇ ਆਪ ਉਸਨੂੰ, ਉਹਨਾਂ ਨੇ ਕੀ ਕਿਹਾ? ਉਹ ਲੋਕ ਤਾਂ ਬੋਲੇ ਹੈ ਕਿ ਠੀਕ ਹੈ, ਹਮ ਲੋਗ ਉਸਕੋ ਜੋ ਹੈ ਪਕੜਾਂਗੇ, ਦੇਖਾਂਗੇ, ਫਿਰ ਆਏਂਗੇ ਉਧਰ ਮੈਂ ਗਿਣਾ ਮਾਰਾਂਗੇ। ਆਇਆ ਕੋਈ ਅਭੀ ਤੱਕ? ਅਭੀ ਤੱਕ ਕੋਈ ਸੁਣਵਾਈ ਨਹੀਂ, ਅਭੀ ਮੇਰੇ ਕੋ ਕੀ ਮੰਗ ਕਰਤੇ ਹੋ ਪੁਲਿਸ ਪ੍ਰਸ਼ਾਸਨ ਸੇ? ਪੁਲਿਸ ਪ੍ਰਸ਼ਾਸਨ ਕੋ ਉਨ ਲੋਗ ਕੋ ਇਹ ਸਭ ਜੋ ਕਾਂਡ ਹੈ ਕਰ ਰਹੇ ਹੈ, ਇਨ ਲੋਗ ਕੋ ਸਜ਼ਾ ਮਿਲੇ ਸਰ, ਔਰ ਇਹ ਸਭ ਸਮੱਸਿਆ ਜੋ ਹੈ ਕਿਸੇ ਹੋਰ ਕੇ ਸਾਥ ਨਾ ਹੋ, ਔਰ ਇਹ ਸਭ ਜੋ ਹੈ ਇਹ ਕਾਮ ਖਤਮ ਕਰੇ, ਇਹ ਪ੍ਰਸ਼ਾਸਨ ਜੋ ਹੈ ਇਸਕੇ ਉੱਪਰ ਸਖਤ ਸਖਤ ਕੋਈ ਕਾਰਵਾਈ ਕਰੇ, ਕੋਈ ਨਿਯਮ ਕਾਨੂੰਨ ਬਣਾਇਆ ਸਰ। ਲੱਗਦਾ ਅਗਰ ਆਪ ਫੋਨ ਨਾ ਦੇਤੇ ਤੋ ਆਪਕਾ ਜਾਨੀ ਨੁਕਸਾਨ ਵੀ ਹੋ ਸਕਦਾ ਸਰ।
ज़रूर हो सकता सर, मर्डर हो जाता यहाँ, जान से ज़्यादा प्यारा मेरा वो सामान छोड़िए, फिर भी उन लोगों का जो रोज़ का ये कांड है ना, कभी वो सामान किसी का भी हो, सामान भी ले जाए, मार भी दे ऊपर से जो है। अच्छा, कहीं ना कहीं फ़ोन तो ले गए, फिर भी आपको जान से मारने की कोशिश करी उन्होंने? नहीं सर, उन लोगों का काम ही वैसा है ना, रोज़ का अगर किसी को नहीं अगर जब मारेंगे पीटेंगे तो कोई बंदा जो है उन लोगों से थोड़ा अगर जो हैंडसम रहेगा तो लड़ाई झगड़ा करेगा, तो दो चार बंदे इकट्ठा होंगे तो पकड़े जाएंगे, फिर उन लोगों को कूटेंगे, इसलिए वो जल्दी जल्दी वो हथियार लेकर घूमते रहते हैं कि डर की वजह से कोई बंदा कुछ भी रहेगा दे देगा, लेकर निकल जाएंगे। सर ਕਿਹੜੇ ਏਰੀਆ ਦਾ ਮਾਮਲਾ, ਕੀ ਗੱਲਬਾਤ? ਮੇਰਾ ਨਾਮ ਰਾਜਨ ਕੁਮਾਰ ਹੈ ਜੀ, ਮੈਂ ਗੀਤਾ ਨਗਰ ਦੇ ਵਾਸੀ ਹਾਂ, ਆਪਾਂ ਖੜ੍ਹੇ 5 ਨੰਬਰ ਗਲੀ 'ਚ ਜੀ। ਵੀਰੇ ਇਹ ਆ ਗਿਆ ਏਰੀਆ ਥੋੜ੍ਹਾ ਜਿਹਾ ਸੁੰਨਮਸਾਨ, ਠੀਕ ਹੈ ਜੀ। ਇੱਥੇ ਆਏ ਦਿਨ ਵਾਰਦਾਤਾਂ ਸਾਨੂੰ ਸੁਣਨ ਨੂੰ ਮਿਲਦੀਆਂ, ਚਲੋ ਅਸੀਂ ਕਈ ਦਾ ਇਗਨੋਰ ਕਰ ਦਈਦਾ ਵੀ ਚਲੋ ਫੜ ਲਾਂਗੇ ਕਿਸੇ ਦਿਨ, ਹੁਣ ਤਾਂ ਅਸੀਂ ਆਈ ਵੀ ਕੈਮਰੇ ਦੇ ਥਰੂ ਦੇਖ ਲਿਆ, ਪੂਰੀ ਵਾਰਦਾਤ ਦੇਖ ਲਈ, ਉਹ ਤੋਂ ਬਾਅਦ ਬੰਦਾ ਵੀ ਸਾਡੇ ਮਹੱਲੇ ਦਾ ਜਾਣਕਾਰ ਆ ਪੂਰਾ, ਇਸ ਕਰਕੇ ਅਸੀਂ ਹੁਣ ਪੁਲਿਸ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਹਾਂ ਕਿ ਜੋ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਵੇ, ਸਾਡੇ ਵੱਲੋਂ ਤਾਂ ਉਹੀ ਹੈ ਜੀ ਹੁਣ ਸਿੱਧਾ। ਕਿੰਨੀਆਂ ਕੁ ਵਾਰਦਾਤਾਂ ਹੋ ਚੁੱਕੀਆਂ ਇਸ ਇਲਾਕੇ ਤੋਂ? ਇਸ ਇਲਾਕੇ 'ਚ ਭਾਅ ਜੀ ਆਹ ਗੱਲ ਜੀ ਕਾਫੀ ਵਾਰਦਾਤਾਂ ਹੋ ਗਈਆਂ ਜੀ, ਮੈਂ ਕਹਿੰਦਾ 25 ਤੋਂ 30 ਵਾਰਦਾਤਾਂ ਹੋ ਗਈਆਂ ਹੋਈਆਂ ਜੀ। ਅੱਛਾ ਜੀ, ਪਰ ਕੀ ਹੱਥ ਕੋਈ ਵੀ ਨਹੀਂ ਆਇਆ ਅੱਜ ਤੱਕ। ਅੱਛਾ, ਤੁਸੀਂ ਕਹਿ ਰਹੇ ਇੱਥੇ ਬੜੀਆਂ ਵਾਰਦਾਤਾਂ ਹੋ ਗਈਆਂ, ਪੁਲਿਸ ਦੀ ਗਸ਼ਤ ਹੁੰਦੀ ਹੈ ਇੱਥੇ ਜਿਹੜਾ ਮਾਰਦੇ ਨੇ? PCR ਇੱਕ ਦੋ ਵਾਰ ਦੇਖੀ ਹੈ ਜੀ, ਬਾਕੀ ਆਪਾਂ ਕਦੀ ਨਹੀਂ ਦੇਖੀ, ਨਾਲੇ ਆਹ ਇਕੱਲੇ ਇਕੱਲੇ ਖੰਭੇ 'ਤੇ ਲਿਖ ਕੇ ਲਾਤਾ, ਆਹ ਇੱਥੇ ਨਾ ਮੁੰਡੇ ਨਸ਼ੇ ਵੀ ਕਰਦੇ ਬਾਹਰੋਂ ਆ ਕੇ, ਅਤੇ ਅਸੀਂ ਇਕੱਲੇ ਇਕੱਲੇ ਖੰਭੇ 'ਤੇ ਲਿਖ ਕੇ ਲਾਤਾ ਵੀ ਇੱਥੇ ਨਸ਼ਾ ਕਰਨਾ ਮਨਾ ਹੈ ਇਹ ਉਹ, ਅਤੇ ਹੁਣ ਜਿਹੜਾ ਆਪਾਂ ਨੂੰ ਉੱਥੇ ਨਸ਼ਾ ਕਰਦਾ ਲੱਭ ਗਿਆ ਜਾਂ ਕੋਈ ਫਾਲਤੂ ਘੁੰਮਦਾ ਲੱਭ ਗਿਆ, ਕੁੱਟ ਕੇ ਅਸੀਂ ਪੁਲਿਸ ਨੂੰ ਆਫ ਫੜਾ ਕੇ ਆਵਾਂਗੇ। ਮੈਂ ਕਿਹੜੇ ਮਹੱਲੇ 'ਚ ਰਹਿੰਦੇ, ਕੀ ਗੱਲਬਾਤ ਹੋਈ ਜੀ? ਮੇਰਾ ਨਾਮ ਰਾਜੂ ਹੈਗਾ, ਗੀਤਾ ਨਗਰ 5 ਨੰਬਰ ਗਲੀ ਆ। ਇੱਥੇ ਜੀ ਬਹੁਤ ਵਾਰਦਾਤਾਂ ਹੁੰਦੀਆਂ ਨੇ, ਅਤੇ ਜਿੰਨਾ ਵੀ ਆਪਣਾ ਇੱਥੇ ਬਈਆ ਜਿਹਨੂੰ ਕਹਿੰਦੇ ਆਪਾਂ, ਸਾਰੇ ਆਪਣੇ ਭਰਾ ਨੇ ਇੱਥੋਂ ਡਿਊਟੀ 'ਤੇ ਜਦੋਂ ਘਰੇ ਜਾਂਦੇ ਨੇ, ਇਹ ਗਲੀ ਥੋੜ੍ਹੀ ਸੁੰਨਮਸਾਨ ਪੈਂਦੀ ਆ, ਅਤੇ ਇਹਨਾਂ ਨੂੰ ਮੌਕੇ 'ਤੇ ਲੈ ਕੇ ਉਹਨਾਂ ਨਾਲ ਲੁੱਟਾਂ ਖੋਹਾਂ ਹੁੰਦੀਆਂ ਇੱਥੇ, ਮਤਲਬ ਬਹੁਤ ਜ਼ਿਆਦਾ ਹੋਣ ਲੱਗ ਗਈ ਆ, ਅਤੇ ਇਸ ਕਰਕੇ ਅਸੀਂ ਇਹੀ ਮੰਗ ਕਰਦੇ ਹਾਂ ਇੱਥੇ PCR ਦੀ ਗਸ਼ਤ ਦਿੱਤੀ ਜਾਵੇ, ਅਤੇ ਖਾਸ ਕਰਕੇ ਇੱਥੇ ਨਸ਼ਾ ਕਰਨ ਦੇ ਮੁੰਡੇ ਬਹੁਤ ਜ਼ਿਆਦਾ ਆਉਂਦੇ ਨੇ। ਬੰਦੇ ਤੱਕ ਖੜੇ ਨਹੀਂ ਗਏ ਕਿਉਂ? ਜਿਵੇਂ ਭਾਈ ਨੇ ਕਿਹਾ ਵੀ ਹਾਂਜੀ, ਬੰਦਾ ਜੀ ਕੋਈ ਨਹੀਂ ਫੜਿਆ ਜਾਂਦਾ ਇੱਥੇ, ਜੇ ਹੁਣ ਅਸੀਂ ਚਲੋ ਮੁੱਲੇ ਦੇ ਮੁੰਡੇ ਨੇ, ਅਸੀਂ ਇੱਕ ਵਾਰੀ ਪਿਆਰ ਨਾਲ ਸਮਝਾਉਂਦੇ ਕਿ ਇੱਥੇ ਨਸ਼ਾ ਨਹੀਂ ਕਰਨਾ, ਅਤੇ ਹੁਣ ਅਸੀਂ ਪੋਸਟਰ ਵੀ ਲਾਤੇ ਨੇ, ਇਹਦੇ ਨਾਲ ਬਹੁਤ ਫਰਕ ਪੈ ਗਿਆ, ਪਰ ਜਿਹੜੀ ਇਹ ਮੁੰਡੇ ਹੈ ਨੇ, ਹੁਣ ਅਸੀਂ ਰਿਪੋਰਟ ਲਿਖਾ ਕੇ ਸਾਡੇ ਫਿਰ ਮੁੰਡੇ ਇੱਥੇ ਅਸੀਂ ਨੁੱਕਰਦੇ ਰੋਕ ਕੇ ਵਾਰਦਾ ਕਰਨ ਲੱਗੇ ਸੀ, ਅਸੀਂ ਮੌਕੇ 'ਤੇ 2 ਮੁੰਡੇ ਨਾਲ ਮਗਰ ਪਏ ਹਾਂ ਅਤੇ ਉਹ ਭੱਜ ਗਏ ਆ। ਲੱਗਦਾ ਕਿ ਪੁਲਿਸ ਕਿਤੇ ਨਾ ਕਿਤੇ ਲੈਕੀ ਹੈਗੀ ਸਰ? ਪੁਲਿਸ ਵਾਲੇ ਤੁਹਾਨੂੰ ਕੋਈ ਫੋਨ ਨਹੀਂ ਆਇਆ, ਅਸੀਂ ਕੰਪਲੇਨ ਕਰਕੇ ਕੋਈ ਫੋਨ ਨਹੀਂ ਆਇਆ, ਹੁਣ ਅਸੀਂ ਸੋਚ ਰਹੇ ਹਾਂ ਕਿ ਅਸੀਂ ਮੁੱਲੇ ਇਕੱਠੇ ਹੋ ਕੇ ਥਾਣੇ ਜਾਵਾਂਗੇ, ਅਸੀਂ ਪੁੱਛਣਾ ਜੀ ਕੀ ਕਾਰਵਾਈ ਬਣੀ ਹੈ, ਅਤੇ ਤਾਂ ਹੀ ਅੱਗੇ ਦੇਖਦੇ ਕੀ ਬਣਦਾ, ਹੁਣ ਕਾਰਵਾਈ ਜਿਵੇਂ ਅੱਗੇ ਵਧੇਗੀ।